ਗੋਨਾ ਮ ਚਲਦਾ ਰਸ਼ੀਅਜ ਪਾਨ ਸਾਥੋਂ ਡਰੇ ਹੋਇਆ ਪੋਤਾ ਮੇਰਾ ਕਰੂ ਪੂਰਾ ਮਾਣ ਦਾਤੇ ਤੇ ਐਦਾਂ ਦੇ ਮੈਂ ਕੰਮ ਕੁਝ ਕਰੇ ਹੋਇਆ ਟੋਲ ਪੋਲਾ ਦਾ ਤੇ ਸਿਰ ਪਾੜਿਆ ਉਦੋਂ ਧੋਈ ਪੈਂਦੀ ਆਈ ਤੱਕ ਬਲੀਏ ਔ ਜਿੱਦਾਂ ਦੇ ਅੰਕੇ ਤਾਂ ਵਿੱਚੋਂ ਯਾਰ ਬਰੀ ਹੋਇਆ ਏ ਤਾਂ ਯਾਰ ਤੇਰੇ ਦਾ ਗੁੰਡ ਲੱਕ ਬੱਲੀਏ ਤੂੰ ਜਿੱਦਾਂ ਦੇ ਅੰਕੇ ਸਾ ਵਿੱਚੋਂ ਯਾਰ ਬਰੀ ਹੋਇਆ ਏ ਤਾਂ ਯਾਰ ਤੇਰੇ ਦਾ ਗੁੰਡ ਲੱਕ ਬੱਲੀਏ ਵੀ ਆਰ ਹੈਅਰ ਐਟ ਸਮਾਰਟ ਸਿਟੀ ਲੁਧਿਆਣਾ ਟੂ ਇੰਟਰੋਡਿਊਸ ਯੂ ਟੂ ਵਨ ਆਫ ਦਾ ਰੀਨੋਅਰਡ ਲਿਰਿਸਟ ਆਫ ਆਰ ਪੰਜਾਬੀ 뮤직 ਇੰਡਸਟਰੀ ਮਿਸਟਰ ਮਨਪ੍ਰੀਤ ਸਿੰਘਾ ਤੋਂ ਜ਼ਿਆਦਾ ਟਾਈਮ ਨਾ ਵੇਸਟ ਕਰਤੇ ਵੇ ਚਲੇ ਆਪਕੋ ਮਿਲਵਾਤੇ ਹਾਂ ਓਨਸੇ ਹੈਲੋ ਸਰ ਵੈਲਕਮ ਟੂ ਟਾਈਮਸ ਪੰਜਾਬ ਟੀਵੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਿਰ ਸਭ ਤੋਂ ਪਹਿਲੇ ਆਪ ਆਪਣਾ ਇੰਟਰੋਡਕਸ਼ਨ ਦਿਜੀਏ ਸਿੰਗਾ ਬੋਲਦਾ ਵੀਰੇ ਸਰ ਔਰ ਕੁਝ ਬਤਾਈਏ ਆਪਣੇ ਬਾਰੇ ਮੈਂ ਬਸ ਬਾਕੀਆਂ ਪਤਾ ਹੀ ਆ ਜਿੰਨੇ ਵੀ ਮੇਰੇ ਵਿਊਅਰਸ ਜਿੰਨੇ ਮੇਰੇ ਭਰਾ ਮੈਨੂੰ ਚਾਹਣ ਵਾਲੇ ਤੇ ਸਾਰਿਆਂ ਨੂੰ ਪਤਾ ਹੈ ਮਿਹਨਤ ਕਰਦੇ ਆ ਤੇ ਅੱਗੇ ਕਰਦੇ ਰਹਿਣਾ ਤੁਸੀਂ ਸਪੋਰਟ ਕਰਨੀ ਆ ਬਸ ਇੰਨਾ ਹੀ ਹੈ ਜੀ ਸਰ ਆਪ ਬੇਸਿਕਲੀ ਕਹਾਂ ਸੇ ਬਿਲੋਂਗ ਕਰਤੇ ਹੈ ਬੇਸਿਕਲੀ ਹੁਸ਼ਿਆਰਪੁਰ ਡਿਸਟ੍ਰਿਕਟ ਤੇ ਮਾਲਪੁਰ ਕਸਬਾ ਜਿੱਥੇ ਮੈਂ ਪੜਿਆ ਤੇ ਪਿੰਡ ਜੰਗਣੀਆਣਾ ਜਿੱਥੇ ਮੈਂ ਰਿਹਾਂ ਜੰਮਿਆ ਸਾਰਾ ਕੁਝ ਤੁਸੀਂ ਆਪ ਹਾਂ ਅੱਜ ਲੁਧਿਆਣਾ ਦੇ ਟੀਆਰਪੀ ਰੈਸਟੋਰੈਂਟ ਮੇ ਆਏ ਹੈ। ਕੀ ਪਰਪਸ ਹੈ ਆਪਕਾ ਯਹਾਂ ਸਪੈਸ਼ਲੀ ਆਨੇ ਦਾ? ਅ ਸਪੈਸ਼ਲੀ ਪਰਪਸ ਆਦ ਆਏ ਆ ਕਿ ਜੜ ਦੀ ਕਲਿੱਪ 2 ਕੱਲ ਨੂੰ ਆ ਰਿਹਾ ਹੈ ਤੇ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਆ। ਐਕਸਕਲੂਸਿਵਲੀ ਓਨ 9X ਟਿਸ਼ਨ ਤੇ ਹੋਪ ਜਿੱਦਾਂ ਤੁਸੀਂ ਆਡੀਓ Song ਨੂੰ ਇੰਨਾ ਪਿਆਰ ਦਿੱਤਾ ਤੇ ਵੀਡੀਓ Song ਨੂੰ ਵੀ ਇੰਨਾ ਪਿਆਰ ਦੋਗੇ ਤੇ ਨਵੀਂ ਚੀਜ਼ ਆ, ਨਵੀਂ ਵੀਡੀਓ ਆ, ਕਨਸੈਪਟ, ਸਟੋਰੀ ਸਾਰਾ ਆਪਣਾ ਤੇ ਹੋਪ ਤੁਹਾਨੂੰ ਪਸੰਦ ਆਊਗਾ। ਲਵ ਯੂ। ਜਿਵੇਂ ਜਿਵੇਂ ਅਸੀਂ ਸੁਣਿਆ ਆਪ ਲੈਰੇਸਿਸਟ ਐ ਆਪ ਰਾਈਟ ਕਰਤੇ ਹੈ ਔਰ ਆਪਨੇ ਸਿੰਗਿੰਗ ਕਦਸੇ ਸਟਾਰਟ ਕੀ ਆਪਕੇ ਸਿੰਗਿੰਗ ਲਾਈਨ ਮੇ ਆਪਕਾ ਇੰਟਰਸਟ ਕਿਸੇ ਬਨਾ ਸਿੰਗਿੰਗ ਜਿਹੜੀ ਸਟਾਰਟ ਕੀਤੀ ਸੀ ਉਹ ਤਾਂ ਪਹਿਲਾਂ ਦੀ ਕੀਤੀ ਸੀ ਤੇ ਬਟ ਲਿਖਣ ਦਾ ਜਿਆਦਾ ਸ਼ੌਂਕ ਸੀਗਾ ਮੈਨੂੰ ਤੇ ਮਨਕੀਰਤ ਬਾਈ ਹੁਣਾਂ ਨੂੰ ਮਿਲਿਆ ਤੇ ਉਸ ਤੋਂ ਬਾਅਦ ਚੋਂ ਮਨਕੀਰਤ ਬਾਈ ਜੀ ਦੇ ਨਾਲ ਬਦਨਾਮ Song ਆਇਆ ਸੀ ਤੇ ਉਸ ਤੋਂ ਬਾਅਦ ਚੋਂ ਜੜ ਦੀ ਕਲਿੱਪ ਆਇਆ ਫਿਰ ਆਪਣਾ ਜੈਜੀ ਵੀ ਬਾਈ ਜੀ ਨਾਲ ਆਪਣਾ 1 ਮਿਲੀਅਨ Song ਆਇਆ ਸੋ ਸਟੈਪ ਬਾਈ ਸਟੈਪ ਬਾਈ ਸਟੈਪ ਮੈਂ ਅੱਗੇ 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 ਤੁਰਦਾ ਗਿਆ। ਤੋਂ ਜੋ ਮੈਂ ਮਿਸਟਰ ਮਨਕੀਰ ਤੌਲਕ ਜੀ ਕੇ ਸਾਥ ਆਪਕਾ Song ਆਇਆ ਥਾ ਬਤਨਾਮ ਉਹ ਕਾਫੀ ਫੇਮਸ ਹੋਇਆ ਥਾ। ਬਹੁਤ ਲੋਕੋ ਨੇ ਉਸਕੋ ਐਪਰੀਸ਼ੀਏਟ ਕੀਤਾ ਔਰ ਉਹ ਆਈ ਥਿੰਕ ਆਪਨੇ ਲਿਖਾ ਥਾ ਉਹ Song। ਤੋਂ ਉਹ ਤੋਂ ਇੱਕ Song ਬੰਨਤਾ ਡੈਫੀਨਿਟਲੀ ਆਪ ਆਨ ਸਕਰੀਨ ਪਲੀਜ਼ ਸਭ ਕੋ ਸੁਣਾਈਏ। ਵਾਹਿਗੁਰੂ ਦਾ ਸ਼ੁਕਰ ਆ ਤੇ ਬਾਕੀ ਤੁਹਾਡਾ ਸਾਰਿਆਂ ਦੇ ਪਿਆਰ ਕਰਕੇ ਜਿੰਨਾ ਕੁ ਵੀ ਹੈਗਾ ਮਾੜਾ ਮੋਟਾ ਹੋਇਆ ਤੇ ਹਉ ਜੰਮਿਆ ਸੀ ਜਦੋਂ ਮੈਂ ਪੰਗੂੜੇ ਵਿੱਚ ਪਿਆ ਸੀ ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ ਓਏ 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 ਜੰਮਿਓ ਨੂੰ ਦਿਨਾਂ ਤੋਂ ਮਹੀਨੇ ਹੁੰਦੇ ਗਏ ਯਾਰ ਹੁਣੀ ਥੋੜੇ ਜੇ ਕਮੀਨੇ ਹੁੰਦੇ ਗਏ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ ਗਾਲਾਂ ਕੱਢਦਾ ਸੀ ਬਿਲਾ ਫਰਿਆਮ ਹੋ ਗਿਆ ਓਏ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ ਠਾਰ ਮੇਜ ਮੁੰਡਾ ਬਦਨਾਮ ਹੋ ਗਿਆ ਠਾਰ ਮੇਜ ਮੁੰਡਾ ਬਦਨਾਮ ਹੋ ਗਿਆ ਯਾਰ ਬlesਸਡ ਇਜ਼ ਵੈਰੀ ਬਿਊਟੀਫੁਲ ਵੋਇਸ ਤੋ ਇਸ Song ਮੇਂ ਆਪਨੇ ਖੁਦ ਕਿਉਂ ਨਹੀਂ ਐਕਟ ਕੀਤਾ ਜਿੱਦਾਂ ਉਹ ਮੈਂ ਤੁਹਾਨੂੰ ਦੱਸਿਆ ਨਾ ਕਿ ਸਟੈਪ ਬਾਈ ਸਟੈਪ ਬਾਈ ਸਟੈਪ ਸੋ ਪਹਿਲੀ ਪੌੜੀ ਤੇ ਸੀਗਾ ਉਸ ਤੋਂ ਬਾਅਦ ਤੋਂ ਹੁਣ ਗੱਬੇ ਕੇ ਜੇ ਪਹੁੰਚੇ ਆ ਉੱਪਰ ਤਾਂ ਮੈਂ ਹੱਲੇ ਹੈਵ ਨਹੀਂ ਤੇ ਬਾਕੀ ਜਿੱਦਾਂ ਵੀ ਹੈਗਾ ਤੇ ਉਹੀ ਹੌਲੀ 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 ਕਰਦੇ ਕਰਦੇ ਮੋਹਰੇ ਆਇਆ ਵਾ ਤੇ ਮਿਹਨਤ ਕੀਤੀ ਦਿਨ ਰਾਤ ਜਾਗੇ ਆ ਤੇ ਬਾਕੀ ਤੁਹਾਡਾ ਸਾਰਿਆਂ ਦੀ سپورਟ ਤੁਹਾਡੀ ਜੀ ਆਪ ਨੂੰ ਇੰਟਰਸਟ ਬਾਈ ਬਰਥ ਹੀ ਡਵਲਪ ਹੋਇਆ ਕਿ ਆਪਕੇ ਪੇਰੈਂਟਸ ਨੇ ਆਪਕੋ ਮੋਟੀਵੇਟ ਕੀਤਾ ਥਾ ਕਿ ਆਪਨੇ ਇਸ ਲਾਈਨ ਮੇ ਜਾਣਾ ਹੈ ਸਿੰਗਿੰਗ ਲਾਈਨ ਮੇ ਜਾਂ ਆਪਕੋ ਕੋਈ ਔਰ ਪੈਸ਼ਨ ਥਾ ਕਿ ਬੜੇ ਹੋ ਕੇ ਆਪਨੇ ਕੀ ਬੰਨਾ ਹੈ ਕੀ ਆਪਕਾ ਇੰਟਰਸਟ ਥਾ ਇੰਟਰਸਟ ਤਾਂ ਐਕਚੁਅਲੀ ਮੈਂ ਕਬੱਡੀ ਖੇਡਦਾ ਹੁੰਦਾ ਸੀ ਤੇ ਸਪੋਰਟ ਡੈਡੀ ਜੀ ਮੇਰੇ ਪੁਲਿਸ ਚ ਤੇ ਉਹਨਾਂ ਨੇ ਮੈਨੂੰ ਖਾਸ ਕਰਕੇ ਉਧਰ ਹੀ ਰੱਖਿਆ ਕਿ ਤੂੰ ਹਨਾ ਸਪੋਰਟਸ ਵਾਲੇ ਹੀ ਰਹਿਣਾ ਬਟ ਪੜ੍ਹਾਈ ਪੜੂਈ ਤਾਂ ਘੱਟੇ ਹੁੰਦੀ ਸੀ ਸਾਡੇ ਤੋਂ ਤੇ ਪਤਾ ਨਹੀਂ ਵਾਹਿਗੁਰੂ ਦਾ ਸੌਂਗਸ ਲਿਖਣੇ ਦਾ ਕਿਵੇਂ ਆਪਕੋ ਇੰਟਰਸਟ ਡਵੈਲਪ ਹੋ ਗਿਆ ਐਕਚੁਅਲੀ ਮੇਰੇ ਫਾਦਰ ਸਾਹਿਬ ਨਾ ਪੁਲਿਸ 'ਚ ਵੀ ਨੇ ਤੇ ਉਹਨਾਂ ਨੂੰ ਰਾਈਟਿੰਗ ਦਾ ਵੀ ਸ਼ੌਂਕ ਆ ਸੋ ਉਹਨਾਂ ਨੇ ਪੁਰਾਣੇ ਜਿਹੜੇ ਸਿੰਗਰ ਸੀ ਜਿੱਦਾਂ ਜਗਮੌਣ ਕੋਰ ਹੋੜ ਹਨਾ ਕੋਰ ਜੀ ਸੀਗੇ ਜਿੱਦਾਂ ਜੋ ਵੀ ਹਨਾ ਪੁਰਾਣੇ ਸਿੰਗਰ ਸੀ ਉਹਨਾਂ ਨੂੰ ਗਾਣੇ ਦਿੱਤੇ ਉਹਨਾਂ ਨਾਲ ਜਦੋਂ ਉਹਨਾਂ ਦੀ ਪਹਿਲਾਂ ਦੀ ਚਲੋ ਗੱਲਬਾਤ ਉਹਨਾਂ ਨੇ ਦੇਖਦੇ ਕਿ ਕਾਫੀ ਏਜ ਹੋਣ ਨੇ ਗਾਣਾ ਕਵਿਤਾ ਸੋ ਉਹਨਾਂ ਨੂੰ ਦੇਖ ਦੇਖ ਕੇ ਮਾੜਾ ਮੋਟਾ ਮੈਂ ਵੀ ਲਿਖਣਾ ਤੇ ਸਟਾਰਟ ਕੀਤਾ ਲਿਖਦਾ 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 ਵਗੋਂ ਤੱਕ ਆ ਗਿਆ ਸੋ ਆ ਪੰਜਾਬੀ 뮤직 ਇੰਡਸਟਰੀ ਮੈਂ ਆਪ ਸਭ ਤੋਂ ਜ਼ਿਆਦਾ ਆਪ ਦਾ ਫੇਵਰਿਟ ਸਿੰਗਰ ਕੌਣ ਹੈ ਫੇਵਰਿਟ ਸਿੰਗਰ ਸਾਰੇ ਹੀ ਆ ਸਾਰੇ ਆਪਣਾ ਆਪਣਾ ਕੰਮ ਵਧੀਆ ਕਰਦੇ ਨੇ ਹਰੇਕ ਆਰਟਿਸਟ ਕੋਈ ਵੱਡਾ ਆਰਟਿਸਟ ਨਹੀਂ ਹੈਗਾ ਕੋਈ ਛੋਟਾ ਨਹੀਂ ਹੈਗਾ ਸਾਰੇ ਬਰਾਬਰ ਨੇ ਜੇ ਕੋਈ ਤੁਹਾਨੂੰ ਇੱਥੇ ਸੜਕ ਤੇ ਵੀ ਗਾਣ ਦਾ ਨਜ਼ਰ ਆਉਂਦਾ ਚਾਹੇ ਉਹ ਤੂੰ ਵੀ ਲੈ ਕੇ ਗਾ ਰਿਹਾ ਚਾਹੇ ਤੇ ਉਹ ਵੀ ਆਰਟਿਸਟ ਹੈ ਉਹਨੂੰ ਵੀ ਰਿਸਪੈਕਟ ਆ ਤੇ ਚਾਹੇ ਉਹ ਕਿੱਡੀ ਹਜ਼ਾਰਾਂ ਕਰਾਊਡ ਦੇ ਸਾਹਮਣੇ ਕਰੋੜਾਂ ਲੱਖਾਂ ਕਰਾਊਡ ਦੇ ਸਾਹਮਣੇ ਸਟੇਜ ਤੇ ਖੜ ਕੇ ਗਾ ਰਿਹਾ ਉਹ ਵੀ ਆਰਟਿਸਟ ਹੈ ਦੋਨਾਂ ਲਈ ਮੇਰੇ ਦੋਨਾਂ ਲਈ ਰਿਸਪੈਕਟ ਸੇਮ ਆ ਤੁਹਾਬ ਇੱਕ Song ਆਪ ਪਲੀਜ਼ ਹੋਰ ਸੁਣਾਈਏ ਜੋ ਆਪਕੀ ਲੇਟੈਸਟ ਜੋ ਐਲਬਮ ਆਪਕੀ ਆਨੇ ਵਾਲੀ ਹੈ ਉਸਕਾ ਕੋਈ ਵੀ ਇੱਕ Song ਪਲੀਜ਼ ਸੁਣਾਈਏ ਜੜ ਦੀ ਕਲਿੱਪ 2 ਜੜ ਦੀ ਕਲਿੱਪ ਪਹਿਲਾਂ ਮਨਕੀਰਤ ਬਾਈ ਨੇ ਕੀਤਾ ਸੀ ਤੇ ਆ ਦੂਜਾ ਗਾਣਾ ਜਿਹੜਾ ਜੜ ਦੀ ਕਲਿੱਪ 2 ਆ ਵੈਸੇ ਮੈਂ ਥੋੜਾ ਜਿਹਾ ਗਾ ਕੇ ਵੈਸੇ ਪਾਇਆ ਸੀ ਸੋ ਸਾਰਿਆਂ ਨੇ ਇੰਨਾ ਪਿਆਰ ਸਪੋਰਟ ਸ਼ੇਅਰ ਕੀਤਾ ਕਿ ਉਹਦੇ ਆਡੀਓ ਨੂੰ ਹੀ ਅਲੱਗ-ਅਲੱਗ ਚੈਨਲਸ ਦੇ ਉੱਤੋਂ 12-13 ਮਿਲੀਅਨ ਵਿਊਜ਼ ਹੋ ਚੁੱਕੇ ਨੇ ਤੇ ਉਹਦੀ ਵੀਡੀਓ ਅਸੀਂ ਕੱਲ ਨੂੰ 15 ਉਹ ਨੂੰ ਸ਼ਾਮ ਨੂੰ ਕੱਲ 6 ਵਜੇ ਆਉਗੀ ਤੇ ਉਹੀ ਤੁਹਾਨੂੰ ਮੈਂ ਸੁਣਾ ਦਿੰਦਾ ਹਣਾ ਤੇ ਹਾਉ ਲਿਟਲ ਬੋਏ ਵਾਂਗੂ ਨਾਮ ਚੱਲਦਾ ਰਸ਼ੀਆ ਜਾਪਾਨ ਸਾਥੋਂ ਡਰੇ ਹੋਇਆ ਪੋਤਾ ਮੇਰਾ ਕਰੂ ਪੂਰਾ ਮਾਣ ਦਾਦੇ ਤੇ ਐਦਾਂ ਦੇ ਮੈਂ ਕੰਮ ਕੁਝ ਕਰੇ ਹੋਇਆ ਟੋਲ ਪਲਾਦਾ ਤੇ ਸੀ ਸਿਰ ਪਾੜਿਆ ਉਦੋਂ ਤੋਂ ਹੀ ਪੈਂਦੀ ਆਈ ਤੱਕ ਬਲੀਏ ਜਿੱਦਾਂ ਦੇਾਂ ਕੇਸਾਂ ਵਿੱਚੋਂ ਯਾਰ ਬਰੀ ਹੋਇਆ ਇਹ ਤਾਂ ਯਾਰ ਤੇਰੇ ਦਾ ਗੁੱਡ ਲੱਕ ਬੱਲੀਏ ਜਿੱਦਾਂ ਦੇਾਂ ਕੇਸਾਂ ਵਿੱਚੋਂ ਯਾਰ ਬਰੀ ਹੋਇਆ ਇਹ ਤਾਂ ਯਾਰ ਤੇਰੇ ਦਾ ਗੁੱਡ ਲੱਕ ਬੱਲੀਏ ਇਹ ਗੁੱਡ ਲੱਕ ਹੀ ਆ ਜੀ ਮੇਰਾ ਕਿ ਐਨੇ ਸਾਲ ਸਟਰਗਲ ਕਰਨ ਤੋਂ ਬਾਅਦ ਚੋਂ ਜਦੋਂ ਚਾਰ ਬੰਦੇ ਮਿਲਦੇ ਆ ਖਿੜੇ ਮੱਥੇ ਹੱਸ ਕੇ ਬੁਲਾਉਂਦੇ ਆ ਸੋ ਦਿਲ ਨੂੰ ਸਕੂਨ ਮਿਲਦਾ ਤੇ ਇਹਨੂੰ ਮੈਂ ਦਿਲ ਤੇ ਰੱਖਾਂ ਸਿਰ ਤੇ ਨਾ ਲਵਾਂ एक चीज़ हम आपसे लास्ट में पूछना चाहेंगे जो पहले की म्यूज़िक होता था और या आज का जो म्यूज़िक है वो हमें ऐसे देखने को मिलता है कि जो आज का म्यूज़िक है वो यंग जनरेशन के लिए ज़्यादा प्रमोट किया जाता है बट वो कहीं आपको कितना डिफरेंस फील होता है कि पहले के जो म्यूज़िक के वर्डिंग्स होते थे या आज के उसमें आपको कितना डिफरेंस लगता है उनमें ਹਾਂ ਡਿਫਰੈਂਸ ਤਾਂ ਹੈਗਾ ਇਹਦੀ ਬਹੁਤ ਮੇਰੇ ਡੈਡੀ ਜੀ ਕਹਿੰਦੇ ਆ ਅੱਜਕੱਲ ਤੋਂ ਸਿਰਫ ਆਈ ਥਿੰਕ ਜੋ ਹਮੇ ਲੱਗਦਾ ਹੈ ਯੂਥ ਹੀ ਜ਼ਿਆਦਾ ਐਪਰੀਸ਼ੀਏਟ ਕਰਦੀ ਹੈ ਅੱਜਕੱਲ ਕੇ 뮤직 ਇੰਡਸਟਰੀ ਕੋ ਜੋ ਸਪੈਸ਼ਲੀ ਹਮਾਰੇ ਪੰਜਾਬ ਮੇ ਗਰੋਅ ਅਪ ਕਰ ਰਹਾ ਹੈ ਤਾਂ ਆਪਕੋ ਨਹੀਂ ਲੱਗਦਾ ਕੁਝ ਐਸਾ 뮤직 ਵੀ ਬੰਨਣਾ ਚਾਹੀਏ ਜੋ ਹਮਾਰੇ ਬਡੇ ਏਜ ਕੇ ਹੈ ਜੋ 올ਡ ਏਜ ਕੇ ਉਨਕੋ ਵੀ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ 뮤직 ਹਮੇਸ਼ਾ ਯੂਥ ਲਈ ਹੀ ਬਣਿਆ ਹੈ ਹਮੇਸ਼ਾ ਯੂਥ ਲਈ ਹੀ ਬਣਿਆ ਹੈ ਤੇ ਜਦੋਂ ਜਦੋਂ ਹੁਣ ਜਿੱਦਾਂ ਸਾਡੇ ਪੇਰੈਂਟਸ ਆ ਉਹਨਾਂ ਦੇ ਟਾਈਮ ਤੇ ਗਾਣੇ ਹੁੰਦੇ ਸੀ ਨਵਾਂ ਲੈ ਲਿਆ ਟਰੱਕ ਤੇ ਯਾਰ ਯੂ ਕੈਨ ਸੇ ਜਨਰੇਸ਼ਨ ਗੈਪ ਇਜ਼ ਗੋਇੰਗ ਔਨ ਯਾ 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 ਉਹਦਾ ਚੱਕਰ ਕੀ ਆ ਕਿ ਜਦੋਂ ਹੁਣ ਉਹਨਾਂ ਦੀ ਏਜ ਸੀਗੀ ਉਦੋਂ ਉਹ ਯੰਗ ਹੁੰਦੇ ਸੀ ਤੇ ਉਹ ਜਿਹੜੇ ਗਾਣੇ ਸੀ ਆਪਣੇ ਤੇ ਲਾਉਂਦੇ ਸੀ ਹੁਣ ਅਸੀਂ ਜਦੋਂ ਯੰਗ ਆ ਹੁਣ ਅਸੀਂ ਗਾਣੇ ਆਪਣੇ ਤੇ ਲਾਵਾਂਗੇ ਹਨਾ ਹਮੇਸ਼ਾ 뮤직 ਯੰਗ ਲਈ ਹੁੰਦਾ ਆ ਤੇ ਬਾਕੀ ਤੁਹਾਨੂੰ ਆਡੀਅנס ਨੂੰ ਜ਼ਿਆਦਾ ਪਤਾ ਹੋਊਗਾ ਮੈਂ ਤਾਂ ਗਾਉਣ ਵਜਾਉਣ ਵਾਲਾ ਬੰਦਾ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗਾ ਟੀਆਰਪੀ ਦਾ ਰਿਚ ਪੀਪਲ वाले क्लब ਵਿੱਚ ਅਸੀਂ ਅੱਜ ਇਕੱਠੇ ਹੋਇਆ ਸੋ ਉਹਨਾਂ ਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਬਿਗ ਨਾਈਟ ਇਵੈਂਟਸ ਸਪான்ਸਰਡ ਆਰਟਿਸਟ ਸੋ ਸਾਰਿਆਂ ਦਾ ਬਹੁਤ ਵਧੀਆ ਕਰਦੇ ਨੇ ਤੇ ਮੈਨੂੰ ਵੀ ਉਹਨਾਂ ਨੇ ਅੱਜ ਮੌਕਾ ਦਿੱਤਾ ਤੇ ਇਦਾਂ ਹੀ سپورਟ ਇਦਾਂ ਹੀ ਪਿਆਰ ਐਦਾਂ ਹੀ ਬਣਾ ਕੇ ਰੱਖੋ ਥੈਂਕ ਯੂ ਸੋ ਮਚ ਸਰ ਆਪਣਾ ਪ੍ਰੈਸ਼ੀਅਸ ਟਾਈਮ ਹਮੇਂ ਦੇਣੇ ਕੇ ਲਿਏ ਤੋ ਇਹ ਤੇ ਹਮਾਰੇ ਸਾਥ ਮਨਕੀਰ ਸਿੰਘਾ ਜੀ ਜਿਨੋ ਨੇ ਹਮਸੇ ਸ਼ੇਅਰ ਕੀਆ ਜੋ ਉਹਨਕੇ ਨਿਊ 뮤직 ਐਲਬਮਸ ਆਨੇ ਵਾਲੇ ਹਨ ਉਹਨਕੇ ਬਾਰੇ ਮੇ ਉਹਨਾਂ ਨੇ ਹਮੇਂ ਬਤਾਇਆ तो आने वाले टाइम पे भी आप उन्हें ऐसे ही प्यार दीजिए जैसे उनकी पहले एल्बम्स आई थी जिसको आपने बहुत अप्रिशिएट किया कैमरामैन अमनदीप के साथ शिप्रा बसरीजा टाइम्स पंजाब टीवी